ਪੋਲੀਟੀਸ਼ੀਅਨ ਸੀਗੇ ਇੰਡੀਆ ਦੇ, RBI ਦੇ, ਜਿਹੜੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਆਏ ਨਾ, ਤੇ ਉਹ ਬੜੀ ਰੈਪੂਟੇਸ਼ਨ ਵਾਲੇ ਇਕਨੋਮਿਸਟ ਹੈ, ਦੁਨੀਆ ਜਾਣੇ ਜਾਂਦੇ ਆ। ਉਹਨਾਂ ਨੂੰ ਜਦੋਂ ਸਵਾਲ ਪੁੱਛਿਆ ਵੀ ਇਹ ਜਿਹੜੇ ਐਗਰੀਕਲਚਰ ਰਿਫਾਰਮ ਬਿੱਲ ਹੈਗੇ ਇਹਨਾਂ ਬਾਰੇ ਤੁਹਾਡਾ ਕਿਆ ਵਿਊ ਆ, ਉਹਨੇ ਸਿੰਪਲ ਗੱਲ ਕਹੀ, ਉਹ ਕਹਿੰਦਾ ਸਮੱਸਿਆ ਸਿਰਫ ਇੰਨੀ ਆ ਕਿ ਇੰਡੀਆ ਹੁਣ ਸੈਂਟਰ ਤੋਂ ਗਵਰਨ ਨਹੀਂ ਕੀਤਾ ਜਾ ਸਕਦਾ। ਜੇ ਇੰਡੀਆ ਨੇ ਇਕੱਠਾ ਰਹਿਣਾ ਹੈ ਤਾਂ ਇੰਡੀਆ ਨੂੰ ਸਟੇਟਾਂ ਨੂੰ ਇੰਪਲੀਮੈਂਟੇਸ਼ਨ ਦੇ ਲਈ ਆਪਣੇ ਤੌਰ ਦੇ ਉੱਤੇ ਉਹਨਾਂ ਨੂੰ ਹੱਕ ਦੇਣੇ ਪੈਣੇ ਆ। ਬਸ ਬੁਨਿਆਦੀ ਨੁਕਤਾ ਇੰਨਾ ਹੀ ਆ। ਕਹਿੰਦਾ ਕਾਨੂੰਨ ਮਾੜਾ ਚੰਗਾ ਇਹ ਗੱਲ ਨਹੀਂ ਹੈ, ਕਾਨੂੰਨ ਸੈਂਟਰ ਬਣਾਏ ਇਹ ਨਹੀਂ ਚੱਲਣਾ। ਤੋ ਇੰਡੀਆ ਦੇ ਵਿੱਚ ਵੀ ਇੱਕ ਵੱਡਾ ਹਿੱਸਾ ਹੈਗਾ ਜਿਹੜਾ ਬਿਊਰੋਕ੍ਰੇਸੀ ਦੇ ਵਿੱਚ ਵੀ, ਅਕੈਡਮਿਕਸ ਦੇ ਵਿੱਚ ਵੀ, ਜੇ ਬਿਊਰੋਕ੍ਰੇਸੀ ਤੇ ਅਕੈਡਮਿਕਸ ਦੇ ਵਿੱਚ ਆ ਜਾਏ ਤਾਂ ਉਹ ਪੋਲੀਟਿਕਸ ਦੇ ਵਿੱਚ ਆ ਹੀ ਜਾਣਾ ਹੈ ਨਾ, ਜਿਹੜਾ ਇਹ ਸੋਚ ਰਿਹਾ ਵੀ ਇਸ ਤਰੀਕੇ ਦੇ ਨਾਲ ਇੰਨਾ ਜ਼ਿਆਦਾ ਸੈਂਟਰਲਾਈਜੇਸ਼ਨ ਕਰਕੇ ਇੰਡੀਆ ਨਹੀਂ ਚੱਲ ਸਕਦਾ। ਇਹ ਬਹੁਤ ਜ਼ਿਆਦਾ ਡਾਈਵਰਸ ਹੈਗਾ, ਬਹੁਤ ਵੱਡਾ ਹਿੱਸਾ ਹੈਗਾ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਭਿੰਨਤਾਵਾਂ ਤੇ ਅਸਮਾਨਤਾਵਾਂ ਹੈਗੀਆਂ। ਉਹ ਜੇ ਤਾਂ ਹੁਣ ਇੰਡੀਆ ਦੀ ਲੀਡਰਸ਼ਿਪ ਉਹਨੂੰ ਸਹੀ ਤਰੀਕੇ ਨਾਲ ਸਮਝ ਲਊਗੀ ਤਾਂ ਜ਼ਿਆਦਾ ਬੇਚੈਨੀ, ਜ਼ਿਆਦਾ ਸਟਰਗਲ, ਜ਼ਿਆਦਾ ਖੂਨ ਖਰਾਬੇ ਤੋਂ ਬਿਨਾਂ ਇਹ ਪਾਵਰਾਂ ਜਿਹੜੀਆਂ ਸੈਂਟਰ ਦੀਆਂ ਉਹ ਡਿਸਟ੍ਰੀਬਿਊਟ ਹੋ ਜਾਊਗੀਆਂ। ਜੇ ਉਹ ਨਹੀਂ ਸਮਝੂਗੀ ਫਿਰ ਉਹਦੇ ਵੱਖਰੇ ਰੂਪ ਹੋਊਗੇ।